ਸਤਿ ਸ੍ਰੀ ਅਕਾਲ ਦੋਸਤੋ, ਜਿਵੇਂ ਕਿ ਤੁਸੀਂ ਟਾਈਟਲ ਵਿੱਚ ਪੜ੍ਹਿਆ ਹੋਵੇਗਾ ਕਿ 16 ਅਗਸਤ ਤੋਂ ਸ਼ੁਰੂ ਹੋ ਰਹੀਆਂ ਹਨ 10ਵੀਂ ਤੇ 12ਵੀਂ ਦੀਆਂ ਪ੍ਰੀਖਿਆਵਾਂ। ਜੀ ਹਾਂ, ਇਹ ਖਬਰ ਬਿਲਕੁਲ ਸਹੀ ਹੈ। 16 ਅਗਸਤ ਤੋਂ ਲੈ ਕੇ 15 ਸਤੰਬਰ ਤੱਕ 10ਵੀਂ ਤੋਂ 12ਵੀਂ ਤੱਕ ਦੇ ਇਹਨਾਂ ਵਿਦਿਆਰਥੀਆਂ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਰਹੀਆਂ ਹਨ। ਆਓ ਹੁਣ ਤੁਹਾਨੂੰ ਦੱਸਦੇ ਹਾਂ ਇਸ ਖਬਰ ਨੂੰ ਡਿਟੇਲ ਦੇ ਵਿੱਚ। ਪ੍ਰਾਈਵੇਟ ਵਿਦਿਆਰਥੀਆਂ ਲਈ ਜਮਾਤ 10ਵੀਂ ਤੇ 12ਵੀਂ ਦੀ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਕਰਵਾਈਆਂ ਜਾਣਗੀਆਂ। ਕੇਂਦਰੀ ਮਾਧਿਅਮ ਸਿੱਖਿਆ ਬੋਰਡ CBSE ਨੇ ਇਸ ਬਾਰੇ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ ਕੀਤਾ ਹੈ। CBSE ਦੇ ਪ੍ਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਕਿਹਾ ਹੈ ਕਿ ਪ੍ਰੀਖਿਆਵਾਂ 16 ਅਗਸਤ ਤੋਂ 15 ਸਤੰਬਰ ਤੱਕ ਕਰਵਾਈਆਂ ਜਾਣਗੀਆਂ ਤਾਂ ਜੋ ਉਹਨਾਂ ਨੂੰ ਉੱਚ ਪੱਧਰੀ ਸਿੱਖਿਆ ਚ ਪ੍ਰਵੇਸ਼ ਚ ਕੋਈ ਮੁਸ਼ਕਿਲ ਨਾ ਹੋਵੇ। ਉਂਝ ਇਸ ਬਾਰੇ ਸਵਾਲ ਉੱਠ ਰਹੇ ਹਨ ਕਿ ਜਦੋਂ ਨਿਯਮਿਤ ਵਿਦਿਆਰਥੀਆਂ ਲਈ ਪ੍ਰੀਖਿਆਵਾਂ ਨਹੀਂ ਹੋ ਰਹੀਆਂ ਹਨ ਤਾਂ ਸਿਰਫ ਪ੍ਰਾਈਵੇਟ ਵਿਦਿਆਰਥੀਆਂ ਲਈ ਮਹਾਮਾਰੀ ਦੇ ਇਸ ਦੌਰ ਵਿੱਚ ਪ੍ਰੀਖਿਆਵਾਂ ਕਿਉਂ ਕਰਵਾਈਆਂ ਜਾ ਰਹੀਆਂ ਹਨ? ਇਸ ਮੁੱਦੇ ਬਾਰੇ ਬੁੱਧਵਾਰ ਨੂੰ ਪ੍ਰਾਈਵੇਟ ਉਮੀਦਵਾਰਾਂ ਦੇ ਇੱਕ ਸਮੂਹ ਨੇ CBSE ਹੈੱਡਕੁਆਰਟਰ ਦੇ ਬਾਹਰ ਅਸਮਾਨਤਾ ਦਾ ਦੋਸ਼ ਲਾਉਂਦੇ ਹੋਏ ਵਿਰੋਧ ਪ੍ਰਦਰਸ਼ਨ ਵੀ ਕੀਤਾ ਸੀ। ਉਧਰ ਬੋਰਡ ਨੇ ਨਿਯਮਤ ਵਿਦਿਆਰਥੀਆਂ ਲਈ ਆਪਸ਼ਨਲ ਇਵੈਲੂਏਸ਼ਨ ਪਾਲਿਸੀ ਦੇ ਆਧਾਰ ਤੇ ਹੀ ਪ੍ਰਾਈਵੇਟ ਵਿਦਿਆਰਥੀਆਂ ਦੇ ਨਤੀਜੇ ਐਲਾਨਣ ਤੋਂ ਸਾਫ਼ ਇਨਕਾਰ ਕਰ ਦਿੱਤਾ ਸੀ। CBSE ਬੋਰਡ ਮੁਤਾਬਿਕ ਪ੍ਰਾਈਵੇਟ ਸਕੂਲਾਂ ਦਾ ਨਾ ਤਾਂ ਸਕੂਲਾਂ ਤੇ ਅਤੇ ਨਾ ਹੀ CBSE ਕੋਲ ਕੋਈ ਪਿਛਲਾ ਮੁਲਾਂਕਣ ਰਿਕਾਰਡ ਹੈ। ਪੜ੍ਹਾਈ ਵਿੱਚ ਤੁਹਾਨੂੰ ਆਉਂਦੇ ਹਨ ਡਾਊਟ ਤਾਂ 5 ਸੈਕਿੰਡ ਵਿੱਚ ਡਾਊਟ ਨੈਟ ਨਾਲ ਕਰੋ ਇਹਨਾਂ ਨੂੰ ਆਊਟ। ਬਸ ਸਵਾਲ ਦੀ ਫੋਟੋ ਖਿੱਚੋ, ਕ੍ਰੌਪ ਕਰੋ ਅਤੇ ਤੁਰੰਤ ਵੀਡੀਓ ਸੋਲੂਸ਼ਨ ਪਾਓ। ਫਿਰ ਚਾਹੇ ਤੁਹਾਡਾ ਸਵਾਲ ਫਿਜ਼ਿਕ, ਕੈਮਿਸਟਰੀ, ਮੈਥ, ਬਾਇਓਲੋਜੀ ਦਾ ਹੋਵੇ, CBSE UP, ਬਿਹਾਰ, ਮਹਾਰਾਸ਼ਟਰ ਜਾਂ ਫਿਰ ਕਿਸੇ ਵੀ ਸਟੇਟ ਬੋਰਡ ਦਾ ਹੋਵੇ, ਇਥੋਂ ਤੱਕ ਕਿ ਜਮਾਤ 6ਵੀਂ ਤੋਂ 12ਵੀਂ, IIT, JEE ਜਾਂ NEET ਦਾ ਸਵਾਲ ਹੋਵੇ, ਸਾਰੇ ਸਵਾਲਾਂ ਦੇ ਵੀਡੀਓ ਸੋਲੂਸ਼ਨ ਮਿਲਣਗੇ 5 ਸਕਿੰਟ ਤੇ ਤੁਹਾਨੂੰ ਡਾਊਟ ਨੈਟ ਐਪ ਤੇ। ਇਸ ਦੇ ਨਾਲ ਹੀ ਚੱਲ ਰਹੀ ਹੈ ਡਾਊਟ ਨੈਟ ਤੇ ਇੰਡੀਆ ਦੀ ਨੰਬਰ 1 ਡੇਲੀ ਆਨਲਾਈਨ ਕਲਾਸਿਸ, ਉਹ ਵੀ ਹਿੰਦੀ ਤੇ ਇੰਗਲਿਸ਼ ਮੀਡੀਅਮ ਵਿੱਚ, ਜਿੱਥੇ ਪੂਰਾ ਕੋਰਸ ਪੜਾਇਆ ਜਾ ਰਿਹਾ ਹੈ। ਅੱਜ ਹੀ ਇਹਨਾਂ ਕੋਰਸਾਂ ਦਾ ਹਿੱਸਾ ਬਣੋ ਅਤੇ ਡਾਊਟ ਨੈਟ ਐਪ ਇੰਸਟਾਲ ਕਰੋ। ਉੱਥੇ ਹੀ ਰੈਗੂਲਰ ਵਿਦਿਆਰਥੀਆਂ ਦੇ ਲਗਾਤਾਰ ਟੈਸਟ ਤੇ ਪਿਛਲੀਆਂ ਜਮਾਤਾਂ ਦੀ ਤਿਮਾਹੀ ਪ੍ਰੀਖਿਆਵਾਂ ਹੋਈਆਂ ਹਨ, ਇਸ ਲਈ ਉਹਨਾਂ ਦਾ ਮੁਲਾਂਕਣ ਪਿਛਲੀ ਜਮਾਤਾਂ ਦੇ ਪ੍ਰਦਰਸ਼ਨ ਦੇ ਆਧਾਰ ਤੇ ਹੀ ਕੀਤਾ ਜਾ ਸਕਦਾ ਹੈ। ਪਰ ਪ੍ਰਾਈਵੇਟ ਵਿਦਿਆਰਥੀਆਂ ਦਾ ਇਸ ਤਰ੍ਹਾਂ ਦਾ ਕੋਈ ਰਿਕਾਰਡ ਨਹੀਂ ਹੈ, ਇਸ ਲਈ ਉਹਨਾਂ ਦੇ ਨਾਲ ਆਪਸ਼ਨਲ ਮੁਲਾਂਕਣ ਨੀਤੀ ਲਾਗੂ ਨਹੀਂ ਹੋ ਸਕਦੀ। ਇਸ ਤੋਂ ਬਾਅਦ ਹੀ ਪ੍ਰਾਈਵੇਟ ਵਿਦਿਆਰਥੀਆਂ ਨੇ ਲਿਖਤੀ ਪ੍ਰੀਖਿਆਵਾਂ ਕਰਵਾਉਣ ਤੇ ਉਸ ਦੇ ਆਧਾਰ ਤੇ ਰਿਜ਼ਲਟ ਜਾਰੀ ਕਰਨ ਦਾ ਫੈਸਲਾ ਹੋਇਆ ਹੈ। CBSE ਦੇ ਪ੍ਰੀਖਿਆ ਕੰਟਰੋਲਰ ਸੰਜਮ ਭਾਰਦਵਾਜ ਨੇ ਕਿਹਾ ਹੈ ਕਿ UPSE ਅਤੇ CBSE ਦੇ ਵਿਦਿਆਰਥੀਆਂ ਦੇ ਭਵਿੱਖ ਨੂੰ ਧਿਆਨ ਵਿੱਚ ਰੱਖ ਕੇ ਫੈਸਲੇ ਲੈ ਰਹੇ ਹਨ। ਇਹਨਾਂ ਵਿਦਿਆਰਥੀਆਂ ਦੇ ਨਤੀਜੇ ਆਉਣ ਤੋਂ ਬਾਅਦ ਹੀ ਪਿਛਲੇ ਸਾਲ ਦੀ ਤਰ੍ਹਾਂ ਐਡਮਿਸ਼ਨ ਦੀ ਪ੍ਰੀਖਿਆ ਸ਼ੁਰੂ ਹੋਏਗੀ। ਸੋ ਦੋਸਤੋ, ਪ੍ਰਾਈਵੇਟ ਵਿਦਿਆਰਥੀਆਂ ਲਈ ਇੱਕ ਬੁਰੀ ਖਬਰ, 10ਵੀਂ ਅਤੇ 12ਵੀਂ ਦੇ ਪ੍ਰਾਈਵੇਟ ਵਿਦਿਆਰਥੀਆਂ ਲਈ, ਜਿਹੜਾ ਕਿ ਕਹਿ ਰਹੇ ਸਨ ਕਿ ਉਹਨਾਂ ਨੂੰ ਵੀ ਬਾਕੀ ਵਿਦਿਆਰਥੀਆਂ ਦੀ ਤਰ੍ਹਾਂ ਪਾਸ ਕੀਤਾ ਜਾਵੇ, ਪਰ ਉਹਨਾਂ ਲਈ ਇਹ ਬੁਰੀ ਖਬਰ ਆਈ ਹੈ, ਉਹਨਾਂ ਨੂੰ 16 ਅਗਸਤ ਤੋਂ ਲੈ ਕੇ 15 ਸਤੰਬਰ ਤੱਕ ਪੇਪਰ ਦੇਣੇ ਹੋਣਗੇ। ਸੋ ਸਮਾਂ ਬੜਾ ਘੱਟ ਰਹਿ ਗਿਆ ਹੈ, ਸੋ ਪ੍ਰਾਈਵੇਟ ਵਿਦਿਆਰਥੀ ਆਪਣੇ ਆਪਣੇ ਪੇਪਰਾਂ ਦੀਆਂ ਤਿਆਰੀਆਂ ਸ਼ੁਰੂ ਕਰ ਲੈਣ ਅਤੇ ਉਹਨਾਂ ਨੂੰ ਪੇਪਰ ਦੇਣੇ ਹੀ ਪੈਣਗੇ, ਇਹ ਬੋਰਡ ਨੇ ਸਾਫ਼ ਕਰ ਦਿੱਤਾ ਹੈ। ਸੋ ਦੋਸਤੋ, ਇਹ ਸੀ ਇਸ ਵੇਲੇ ਦੀ ਵੱਡੀ ਖਬਰ। ਜਲਦੀ ਹੀ ਨਵੀਂ ਵੀਡੀਓ ਵਿੱਚ ਨਵੀਂ ਜਾਣਕਾਰੀ ਲੈ ਕੇ ਮਿਲਦੇ ਹਾਂ। ਤਦ ਤੱਕ ਲਈ ਧੰਨਵਾਦ।